ਅਹੀਂ ਤੇ ਅਹ ਮਜਬੂਰੀ ਦੇ ਵੀ ਮਾਰੇ ਆ ਸਾਡੇ ਕੋ ਕੁਛ ਨਹੀਂ ਬੱਚੀ ਵੰਦੀ ਰਹਿੰਦੀ ਆ ਵੀ ਮੈਨੂੰ ਪਟਾਕੇ ਕੋਈ ਲੈ ਕੇ ਦੇਵੇ ਕੋਈ ਦੇਣੇ ਕੋਈ ਦਿਹਾਰ ਇਸ ਤਰ੍ਹਾਂ ਆ ਸਾਡੀ ਤੇ ਰੋਟੀ ਨਹੀਂ ਪੂਰੀ ਹੁੰਦੀ ਤੇ ਸਾਡੇ ਕੋ ਮਗਾਣ ਕਿੱਥੋਂ ਬਣਨਾ ਤੋ ਜੋ ਵੀ ਜਾਂਦਾ ਵਾ ਕਿਸ ਵੇਲੇ ਤਰਪਾਲ ਪਾਈ ਉੱਪਰ ਚਲੋ ਕਿਉਂਕਿ ਮੀਨ ਹੀਰੀ ਆਉਂਦਾ ਵਾ ਹਨ ਇਹ ਵੀ ਡਰ ਰਹਿੰਦਾ ਵਾ ਕਿਤੇ ਡੇਗ ਨਾ ਜਾਵੇ ਥੱਲੇ ਆਣ ਕੇ ਵੀ ਮਰਨਾ ਜਾਈਏ ਕਿਤਰਾ ਮ ਕਿਤਰਾ ਨਹੀਂ ਰਿਸਕ ਲੈ ਕੇ ਵੀ ਸੋਣਾ ਹੀ ਪੈਣਾ ਵਾ ਰਿਸਕ ਲੈ ਕੇ ਹੀ ਸੋਣਨੇ ਆ ਕਿਸੇ ਵੇਲੇ ਨਹੀਂ ਵੀ ਪੈਹਾਂਦਾ ਕਿਸੇ ਵੇਲੇ ਨਹੀਂ ਵੀ ਰੋਟੀ ਪੱਕਦੀ ਕਿਸੇ ਵੇਲੇ ਕਿਸੇ ਵੇਲੇ ਨਾਮ ਹੀ ਹੋਵੇ ਕਿਸੇ ਵੇਲੇ ਬਣ ਵੀ ਜਾਂਦੀ ਏ ਕਿਸੇ ਵੇਲੇ ਨਾਮ ਹੀ ਢਾ ਲੱਗੇ ਪਰ ਚੜੀ ਕਹਿੰਦੀ ਆ ਵੀ ਬਾਬਾ ਜੀ ਕਿਤੇ ਸਾਡਾ ਘਰ ਬੂਆ ਬਣਾ ਦੇਣ ਵਦਿਗਾ ਸਾਡਾ ਘਰ ਮਕਾਨ ਬਣਾਉਣ ਨਿਆਣੀ ਰੋਜ਼ ਕਹਿੰਦੀ ਆ ਅਸੀਂ ਤੇ ਕਿ ਚਲੋ ਮਹਾਰਾਜ ਕਿਤੇ ਕਿਰਪਾ ਕਰਦੇ ਸਾਡੇ ਤੇ ਦੋਸਤੋ ਇੱਕ ਕਹਾਵਤ ਸਾਨੂੰ ਬੜੀ ਸੁਣਨ ਨੂੰ ਮਿਲਦੀ ਹੋएगी ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਬਰ ਸਰਦੀ ਤਾਂ ਬੜੀਆਂ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਹੋਣਗੀਆਂ ਅੰਬਰ ਸਰਦੀਆਂ ਜਿਹੜੀਆਂ ਤਸਵੀਰਾਂ ਦੇਖਣ ਤੋਂ ਬਾਅਦ ਤੁਸੀਂ ਸੋਚਦੇ ਹੋਵੋਗੇ ਕਿ ਅੰਬਰ ਸਰਦੀ ਦੇ ਹਾਲਾਤ ਨੇ ਬਹੁਤ ਅਮੀਰ ਲੋਕ ਰਹਿੰਦੇ ਨੇ ਪਰ ਇੱਕ ਐਸੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹਨੂੰ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਨਾਮ ਹੋ ਜਾਣਗੀਆਂ ਜਿਹੜੀ ਜਗਤ ਉੱਤੇ ਸਿਰ ਮੌਜੂਦ ਹੈ ਇਹ ਇੱਕ ਘਰ ਵਾ ਤਾਂ ਇਹ ਘਰ ਦੇ ਛੱਤ ਦੇ ਉੱਤੇ ਮੇਰਾ ਹੱਥ ਜਾ ਰਿਹਾ ਤੇ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਜੇ ਕਿ ਇਹ ਕਿੰਨਾ ਕੋਚਾ ਇਹਨੂੰ ਸ਼ਾਇਦ ਤੁਸੀਂ ਮੇਰੇ ਸਾਹਮਣੇ ਥੜਾ ਸਮਝਦੇ ਹੋਗਾ ਕਿ ਜਿਹੜਾ ਘਰ ਦਾ ਥੜਾ ਹੁੰਦਾ ਹੈ ਇਸ ਤੋਂ ਉੱਪਰ ਘਰ ਹੋਏਗਾ ਪਰ ਨਹੀਂ ਤੁਸੀਂ ਗਲਤ ਸੋਚਦੇ ਪਏ ਜੇ ਇਹ ਛੱਤ ਹੈ ਤਾਂ ਛੱਤ ਦੇ ਥੱਲੇ ਕੌਣ ਰਹਿੰਦਾ ਅਸੀਂ ਉਹ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਹਾਂ ਇੱਕ ਪਰਿਵਾਰ ਰਹਿੰਦਾ ਦਿਵਾਲੀ ਦੇ ਉੱਤੇ ਅਸੀਂ ਇਹ ਖਾਸ ਤਸਵੀਰ ਤੁਹਾਡੇ ਨਾਲ ਇਹ ਇਸ ਕਰਕੇ ਸਾਂਝੀ ਕਰਦੇ ਪਿਆ ਕਿ ਬੜੀਆਂ ਚੰਗੀਆਂ ਤਸਵੀਰਾਂ بڑے ਪੱਤਰਕਾਰ ਦਿਖਾਉਂਦੇ ਹੋਣਗੇ ਪਰ ਇਸ ਤਰ੍ਹਾਂ ਦੀ ਤਸਵੀਰ ਨੂੰ ਬਹੁਤ ਘੱਟ ਲੋਕ ਦਿਖਾਉਂਦੇ ਹੋਣਗੇ ਤਾਂ ਅੰਦਰ ਆ ਕੇ ਇੱਕ ਵਾਰੀ ਤਸਵੀਰ ਦਿਖਾਓ ਸ਼ਾਇਦ ਛੱਤ ਜਿਹੜੀ ਹੈ ਇਹਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ ਕਿ ਹੁਣੇ ਡਿੱਗੀ ਤੇ ਹੁਣੇ ਡਿੱਗੀ ਪਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜੀਨ ਨੂੰ ਮਜਬੂਰ ਨੇ ਉਹ ਲੋਕ ਜਿਨ੍ਹਾਂ ਨੂੰ ਪਤਾ ਕਿ ਕੋਈ ਹੋਰ ਆਸਰਾ ਨਹੀਂ ਭਲੇ ਇੱਧਰ ਦੇਖੋ ਆ ਛੱਤ ਇਹ ਛੱਤ ਦੇ ਹਾਲਾਤ ਦੇਖੋ ਆ ਯਾਨੀ ਕਿ ਇਹ ਮਿੱਟੀ ਖੋਖਲੀ ਹੋ ਗਈ ਹੈ ਨਿਕਲ ਗਈ ਹੋਈ ਹੈ ਜਿਹੜੀ ਆ ਕਾਨੀਆਂ ਦੀ ਛੱਤ ਪਾਈ ਆ ਇਹ ਮਹਾ ਹੀ ਆ ਜਿਹੜੇ ਵਾਂਸ ਜਿਹੜੇ ਲੱਕੜ ਦੇ ਲਗਾਏ ਹੋਏ ਵਾਸ ਜੇ ਉਹਨਾਂ ਦੇ ਨਾਲ ਮਹਾ ਹੀ ਇਹਨੂੰ ਅੜਾਇਆ ਹੋਇਆ ਕਿਤੇ ਨਾ ਕਿਤੇ ਯਾਨੀ ਕਿ ਰਹਿਣ ਵਾਸਤੇ ਰਹਿਣ ਬਸੇਰਾ ਇੱਕ ਛੋਟਾ ਜਿਹਾ ਬਣਾਇਆ ਹੋਇਆ ਮਾਤਾ ਜੀ ਮਜ਼ਦੂਰ ਮੌਜੂਦ ਨੇ ਸਾਡੇ ਨਾਲ ਗੱਲਬਾਤ ਸਾਂਝੀ ਕਰਦੇ ਆ ਮਾਤਾ ਜੀ ਚਰਚੇ ਬੜੇ ਸੁਣੇ ਨੇ ਅੰਬਰਸਰ ਦੇ ਵਿੱਚ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਬਰਸਰ ਦੀ ਕੀ ਹੈ ਇਹੋ ਹੀ ਦੀਵਾਲੀ ਅੰਬਰਸਰ ਦੀ ਹਾਂਜੀ ਇਹੋ ਹੀ ਆੜੀ ਦੀਵਾਲੀ ਆੜ ਕੋਈ ਰੋਟੀ ਨਹੀਂ ਪੂਰੀ ਹੁੰਦੀ ਬੱਚਾ ਪਟਾਕਿਆਂ ਨੂੰ ਮੇਨਦਾ ਰਹਿੰਦਾ ਕੋਈ ਦੇਣ ਨਹੀਂ ਕੋਈ ਦਿਹਾੜ ਅਹੀਂ ਤੇ ਹਰ ਮਜਬੂਰੀ ਦੇ ਵੀ ਮਾਰੇ ਆ ਸਾਡੇ ਕੋ ਕੁਛ ਨਹੀਂ ਬੱਚੀ ਵੇਂਦੀ ਰਹਿੰਦੀ ਆ ਪੀ ਮੈਨ ਪਟਾਕੇ ਕੋਈ ਲੈ ਕੇ ਦੇਵੇ ਕੋਈ ਦੇਣ ਕੋਈ ਦਿਹਾਰ ਇਸ ਤਰ੍ਹਾਂ ਹੀ ਆ ਸਾਡੀ ਤੇ ਰੋਟੀ ਨਹੀਂ ਪੂਰੀ ਹੁੰਦੀ ਤੇ ਸਾਡੇ ਕੋ ਮਕਾਨ ਕਿੱਥੋਂ ਬਣਨਾ ਵਾ ਅੱਛਾ ਮਾਤਾ ਜੀ ਐ ਬਸ ਇਨਾ ਇਨਾ ਕੀ ਇਹ ਕਮਰਾ ਸਾਡੇ ਇਹੋ ਮਕਾਨ ਹੈ ਤੁਹਾਡਾ ਹਾਂਜੀ ਇਹੋ ਹੀ ਸਾਡਾ ਮਕਾਨ ਹੈ ਮਕਾਨ ਦੇ ਵਿੱਚ ਰਹਿੰਦਾ ਕੋਣ ਕੋਣ ਹੈ ਮੇਰੀ ਬੇਟੀ ਤੇ ਮੇਰਾ ਆਦਮੀ ਬਸ ਅੱਛਾ ਤਿੰਨ ਬੇਟੀ ਆ ਤਿੰਨ ਜੀ ਨੇ ਤਿੰਨ ਜੀ ਰਹਿੰਦੇ ਆ ਤਿੰਨ ਜੀ ਰਹਿੰਦੇ ਹੋ ਹਾਂਜੀ अच्छा ते चौंदी चोंदी ਨਹੀਂ ਛੱਤ ਜਿਸ ਤਰੀਕੇ ਨਾਲ ਮੈਂ ਦੇਖਣ ਡਿਆ ਤੇ ਮੇਰੇ ਹਿਸਾਬ ਨਾਲ ਪਾਣੀ ਉੱਤੇ ਥੋੜਾ ਜਿਹਾ ਰੋੜਦਾਂਗੇ ਤੇ ਉਹ ਵੀ ਚੋਜਣਾ ਹਨ ਨਹੀਂ ਚੋ ਵੀ ਜਾਂਦਾ ਵਾ ਕਿਸੇ ਵੇਲੇ ਤਰਪਾਲ ਪਾਈ ਉੱਪਰ ਚਲੋ ਕਿਉਂਕਿ ਮੀਂਹ ਹੀ ਆਉਂਦਾ ਵਾ ਹਨ ਇਹ ਵੀ ਡਰ ਰਹਿੰਦਾ ਵਾ ਕਿਤੇ ਡੇਗ ਨਾ ਜਾਵੇ ਥੱਲੇ ਆਣ ਕੇ ਵੀ ਮਰ ਨਾ ਜਾਈਏ ਕਿਤਰਾ ਮ ਕਿਤਰਾ ਨਹੀਂ ਰਿਸਕ ਲੈ ਕੇ ਵੀ ਸੋਣਾ ਹੀ ਪੈਣਾ ਵਾ ਰਿਸਕ ਲੈ ਕੇ ਹੀ ਸੋਣਨੇ ਆ अच्छा तो आ, जिस तरीके दे नाल ਇਹ ਜਿਹੜਾ ਘਰ ਮੈਂ ਦੇਖਦਾ ਪਿਆ ਵਾਂ ਯਾਨੀ ਕਿ ਕੋਈ ਬੈਣ ਨੂੰ ਥਾਣੀ ਚਾਜ ਨਾ ਸਿਰਫ ਇੱਕ ਬੈੱਡ ਲੱਗਿਆ ਤੇ ਇਸ ਤਰ੍ਹਾਂ ਦਾ ਸਵਾਲ ਤੇ ਤੁਹਾਡੇ ਹਸਬੰਦ ਕੀ ਕੰਮ ਕਰਦੇ ਆ ਔਰ ਰਿਸ਼ਕਾ ਮਾਉਂਦੇ ਆ ਅੱਛਾ ਰਿਸ਼ਕਾ ਚਲਾਉਂਦੇ ਆ ਕਿੰਨੀ ਉਮਰ ਉਹਨਾਂ ਦੀ ਦੀ ਉਮਰ ਚ ਰਿਖਾ ਚ ਲਾ ਕੇ ਰੋਟੀ ਜਿਹੜਾ ਬੰਦਾ ਮਾਸਾ ਹੀ ਚਲਾਉਂਦਾ ਤਾਂ ਉਹ ਦੀਵਾਲੀ ਦੇ ਤਿਉਹਾਰ ਦੇ ਉੱਤੇ ਆਤੀਸ਼ਬਾਜ਼ੀਆਂ ਕਿਸ ਤਰ੍ਹਾਂ ਆਪਣੇ ਬੱਚਿਆਂ ਤੱਕ ਪਹੁੰਚਾਏਗਾ ਕਿਸ ਤਰ੍ਹਾਂ ਦੀਵਾਲੀ ਦੀ ਖੁਸ਼ੀ ਮਨਾਏਗਾ ਤਾਂ ਅੱਛਾ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਕਿਸ ਤਰੀਕੇ ਨਾਲ ਦਿਨ ਦੀ ਸ਼ੁਰੂਆਤ ਕਰਦੇ ਦਿਨ ਨੂੰ ਵੀ ਵੇਖੀਦਾ ਵਾ ਇਤਰਾ ਹੀ ਕਿਸੇ ਵੇਲੇ ਨਹੀਂ ਵੀ ਪੈਹਾਂਦਾ ਕਿਸੇ ਵੇਲੇ ਨਹੀਂ ਵੀ ਰੋਟੀ ਪਾਕੇ ਦੀ ਕਿਸੇ ਵੇਲੇ ਕਿਸੇ ਵੇਲੇ ਨਾਮ ਹੀ ਹੋਵੇ ਕਿਸੇ ਵੇਲੇ ਬਣ ਵੀ ਜਾਂਦੀ ਹੈ ਕਿਸੇ ਵੇਲੇ ਨਾਮ ਹੀ ਢਾ ਲੱਗੇ ਬਾਹਰ ਫੇ ਤਾਂ ਅਸੀਂ ਸਾਰੀ ਦਾ ਜਿਤਨਾ ਮਰਜੀ ਆ ਭਾਵੇਂ ਜਿਤਨਾ ਮਰਜੀ ਬਸ ਗੱਡੀ ਚਲਾਉਣੀ ਆ ਗੱਡੀ ਚਲਾਉਣੀ ਆ ਜਿਤਨਾ ਮਰਜੀ ਇਸ ਤਰ੍ਹਾਂ ਅੱਛਾ ਜੇ ਕੋਈ ਸਰਕਾਰਾਂ ਵੱਲੋਂ ਕਦੀ ਕੋਈ ਖਸਾਰ ਨਹੀਂ ਲੇਤੀ ਕਿ ਤੁਹਾਡੀ ਕੋਈ ਕਾਉਂਸਲਰ ਇਲਾਕੇ ਦਾ ਜਿਹਨੇ ਛੱਤ kia ਹੋਵੇ ਜਾਤੀ ਵਿੱਚ ਤੁਹਾਡੀ ਛੱਤ ਪਾ ਦੇਣਾ ਕੋਈ ਹਾਂਜੀ ਫਾਰਮ ਦਿੱਤੇ ਹੀ ਆਪਾਂ ਭਰ ਕੇ ਤੇ ਉਹ ਜਿਹੜੀ ਸੋਨੀਆ ਕਾਉਂਸਲ ਹੈ ਉਹ ਕਹਿੰਦੀ ਤੁਹਾਡੀ ਥੋ ਪਿਲਾ ਲਕੀ ਰਿਆ ਵੀ ਨਹੀਂ ਪੈਸੇ ਮਿਲ ਸਕਦੇ ਤੁਹਾਨੂੰ ਅੱਛਾ ਇਨਸਾਨੀਅਤ ਦੇ ਨਾਤੇ ਉੱਤੇ ਕੁਛ ਨਹੀਂ ਸਿਰਫ ਲਕੀਰ ਲਾਲਵਾ ਆਪਾਂ ਕੁਛ ਨਹੀਂ ਦੇਣਾ ਬਸ ਇਸ ਤਰ੍ਹਾਂ ਕਹਿ ਕੇ ਸਾੜਦਾ ਹਾਂਜੀ ਇਸ ਤਰ੍ਹਾਂ ਕਹਿਤਾ ਕੋਈ ਇਨਸਾਨੀਅਤ ਨਹੀਂ ਕੋਈ ਨਹੀਂ ਅੱਛਾ ਹੁਣ ਦੀਵਾਲੀ ਆ ਰਹੀ ਹੈ ਹਾਂਜੀ ਦੀਵਾਲੀ ਨੂੰ ਕੀ ਅਸੀਂ ਤਿਆਰੀਆਂ ਕਰਕੇ ਬੈਠੇ ਕੁਝ ਹੈ ਜੀ ਤਿਆਰੀ ਕੋਈ ਕਿ ਬਸ ਕੁਛ ਵੀ ਨਹੀਂ ਤਿਆਰੀ ਅਹੀਂ ਤਾਂ ਤੁਹਾਨੂੰ ਦੱਸਣ ਦੇ ਪਿਨੀਆਣੀ ਵੇਂਦੀ ਰਹਿੰਦੀ ਆ ਪਿੱਛੇ ਜਰਮ ਦੇਣੀ ਕਹਿੰਦੀ ਮੇਰਾ ਜਰਮ ਦਿਨ ਕਰੋ ਜਰਮ ਦਿਨ ਕਰੋ ਕੁਛ ਵੀ ਨਹੀਂ ਕੀਤਾ ਵੀ ਇਹੋ ਗਰੀਬੀ ਰੋਟੀ ਦਾਲ ਗਿਆ ਫੁਲਕਾ ਜੀ ਮਿਰਜੇ ਦੇ ਕੀ ਨਾਮ ਤੁਹਾਡਾ ਪਰੀ ਪਰੀ ਤਾਂ ਪਰੀ ਹੈ ਗਿਆ ਛੋਟੀ ਜਿਹੀ ਨੀ ਪਰੀ ਦੇਖ ਲੋ ਨੀਕੀ ਜਿਹੀ ਪਰੀ ਹੈ ਪਰੀ ਅੱਜ ਦੀਵਾਲੀ ਨੂੰ ਕੀ ਕੀ ਚਲਾਣਾ ਤੁਸੀਂ ਕਿਹੜੇ ਕਿਹੜੇ ਬਟਾਕੇ ਚਲਾਉਣੇ ਚਲਾਣੇ ਆ ਜਾਣੇ ਬਟਾਕੇ ਕਿ ਨਹੀਂ ਕੀ ਕੀ ਚਲਾਣੇ ਆ ਦੱਸਦਾ ਕੀ ਕੀ ਚਲਾਣਾ ਤਾਂ ਇਹ ਧੀਆ ਜਿਹੜੀਆਂ ਨੇ ਇਹ ਚਾਹੇ ਗੱਲ ਬਣੀ ਹੈ ਕਿ ਧੀਆ ਬਗਾਨਾ ਧਨ ਹੁੰਦੀਆਂ ਪਰ ਧੀਆ ਜਿੰਨਾ ਪਿਆਰ ਜਿਹੜਾ ਵਾ ਮਾਂ ਪਿਓ ਨੂੰ ਸ਼ਹਿਦ ਹੀ ਕੋਈ ਦਿੰਦਾ ਵੀ ਹਾਂਜੀ ਹੂੰ ਇਹ ਇਹ ਬੱਚੀ ਹੈ ਜਿਹੜੀ ਕਿ ਇੰਤਜ਼ਾਰ ਕਰਦੀ ਹੋएगी ਸ਼ਾਇਦ ਕੋਈ ਹੱਥ ਆਗਾ ਵਧੇ ਤਾਂ ਦੀਵਾਲੀ ਮੇ ਸਾਡੀ ਜਿਹੜੀ ਖੂਬਸੂਰਤ ਬਰਾ ਦੇ ਬਾਕੀ ਦਿਨਾਂ ਦੀ ਤੇ ਗੱਲ ਛੱਡੋ ਬਾਕੀ ਦਿਨ ਚਲੋ ਚੱਲਦੇ ਆ ਲਗਾਤਾਰ ਇਹਨਾਂ ਦੇ ਇਹ ਵੀ ਵਿਚਾਰੀ ਕਹਿੰਦੀ ਆ ਵੀ ਬਾਬਾ ਜੀ ਕਿਤੇ ਸਾਡਾ ਘਰ ਬੂਆ ਬਣਾ ਦੇਣ ਵਧੀਆ ਸਾਡਾ ਘਰ ਮਕਾਨ ਬਣਾਉਣ ਨਿਆਣੀ ਰੋਜ਼ ਕਹਿੰਦੀ ਆ ਅਸੀਂ ਤੇ ਕਿ ਚਲੋ ਮਹਾਰਾਜ ਕਿਤੇ ਕਿਰਪਾ ਕਰ ਦੇ ਸਾਡੇ ਤੇ ਬੇ ਬੇਟਾ ਇਧਰ ਆ ਖੜੀ ਹੋ ਆ ਮੇ ਬੱਚਾ ਅੱਛਾ ਮਕਾਨ ਮਕਾਨ ਜਾਂਦੀ ਤੂੰ ਮਕਾਨ ਬਣ ਜਾ ਹੈ ਨਾ ਮਕਾਨ ਜਾਂਦੀ ਨਾ ਬੰਨਾ ਬੰਨਾ ਚਾਹੀਦਾ ਮਕਾਨ ਤੁਹਾਡਾ ਕਿਸ ਤਰ੍ਹਾਂ ਦਾ ਚਾਹੀਦਾ ਵਧੀਆ ਸੋਹਣਾ ਦੀਵਾਲੀ ਦੀਵਾਲੀ ਨੂੰ ਪਟਾਕੇ ਚਲਾਣੇ ਆ ਦੱਸ ਕਿਹੜੇ ਕਿਹੜੇ ਦੱਸ ਦੇ ਨਹੀਂ ਪਤਾ ਤਾਂ ਵੇਖੋ ਇਹ ਬੱਚੀ ਆ ਛੋਟੀ ਜਿਹੀ ਨਹੀਂ ਤਾਂ ਬੱਚੀ ਵੀ ਕਹਿੰਦੀ ਹੈ ਕਿ ਸ਼ਾਇਦ ਸਾਡੇ ਛੱਤ ਜਿਹੜੀ ਸਾਡੇ ਸਿਰ ਦੇ ਉੱਤੇ ਪੈ ਜਾਵੇ ਤਾਂ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਜਦੋਂ ਘਰ ਦੇ ਅੰਦਰ ਅਸੀਂ ਐਂਟਰ ਹੋ ਰਹੀਆਂ ਤਾਂ ਦਿਲ ਜ਼ਰੂਰ ਡਰਦਾ ਪਿਆ ਕਿ ਅਸੀਂ ਇਸ ਘਰ ਦੇ ਅੰਦਰ ਐਂਟਰ ਹੋਣਦੇ ਆ ਤਾਂ ਕਿਤੇ ਛੱਤ ਹੁਣ ਇਹ ਨਾਲ ਡਿੱਗ ਪਵੇ ਇਸ ਤਰ੍ਹਾਂ ਦੇ ਹਾਲਾਤ ਨੇ ਪਰ ਵੇਖੋ ਇਹ ਰੋਜੀ ਇਹੋ ਜੇ ਖਤਰੇ ਦੇ ਵਿੱਚ ਰਹਿੰਦੇ ਪਏ ਨੇ ਰੋਜ਼ ਹੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਆ ਰਸੋਈ ਦੇਖ ਸਕਦੇ ਜੇ ਵੀ ਇੱਥੇ ਬਹਿ ਕੇ ਰੋਟੀ ਬਣਾਈ ਤਾਂ ਖਾ ਕੇ ਤੇ ਸੋ ਗਏ ਪਰਮਾਤਮਾ ਦੀ ਮਾਰੀ ਮੋਟੀ ਪੂਜਾ ਕੀਤੀ ਤੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਜਿਹੜੇ ਦੇਣਾਂ ਨੇ ਉਹ ਕੱਢਣੇ ਸ਼ੁਰੂ ਕਰ ਦਿੰਦਾ ਹੈ ਪ੍ਰਭੂਾਰਤਾ ਅਸੀਂ ਹੁਣ ਚਾਹੁੰਨੇ ਕੀ ਮਾਤਾ ਜੀ ਦੱਸੋ ਕੀ ਆਪਾਂ ਹੋ ਸਕਦਾ ਤੁਹਾਡੇ ਵਾਸਤੇ ਜਿਹੜਾ ਸਹੀ ਮੈਂ ਤਾਂ ਇਹੋ ਚਾਹੁੰਨੀ ਆ ਵੀ ਮੇਰਾ ਮਕਾਨ ਵਧੀਆ ਬਣ ਜੇ ਹੂੰ ਇਸ ਤੇ ਛੱਤ ਪੈ ਜੇ ਹਾਂਜੀ ਛੱਤ ਪੈ ਜੇ ਵੇਖੋ ਇਹ ਜਿਹੜਾ ਮਕਾਨ ਵਧੀਆ ਕਹਿ ਰਹੇ ਨੇ ਸਿਰਫ ਕਹਿੰਦੇ ਨੇ ਕਿ ਛੱਤ ਪੈ ਜੇ ਕੰਦਾ ਗੁੰਦਾ ਹੋ ਜਾਣਾ ਯਾਨੀ ਕਿ ਇੱਕ ਕਮਰੇ ਦੀ ਜਗ੍ਹਾ ਉਹੀ ਵਧੀਆ ਬਣ ਜੇ ਜ਼ਿਆਦਾ ਕੁਝ ਨਹੀਂ ਚਾਹੀਦਾ ਬਸ ਕਹਿੰਦੇ ਕਿ ਇਹੋ ਹੀ ਵਧੀਆ ਬਣ ਜੇ ਇਹੋ ਹੀ ਬੜੀ ਵੱਡੀ ਗੱਲ ਹੈ ਨਹੀਂ ਤੇ ਬੜੇ ਲੋਕ ਕਹਿੰਦੇ ਨੇ ਕਿ ਸਾਨੂੰ 100 ਗੱਜਾ ਜਗ੍ਹਾ ਦੇ ਵਿੱਚ ਮਕਾਨ ਬਣਾ ਦਿਓ ਆਪਾਂ ਫੇਰ ਕਹਾਂਗੇ ਕਿ ਵਧੀਆ ਵਾ ਪਰ ਦੇਖੋ ਐਡੀ ਕਿ ਜਗ੍ਹਾ ਇਹਦੇ ਵਿੱਚ ਕਹਿੰਦੇ ਇਹਨੂੰ ਸਵਾਰ ਦਿੱਤਾ ਜਾਵੇ ਚੰਗੀ ਤਰ੍ਹਾਂ ਹਾਂਜੀ ਇਹਨੂੰ ਸਵਾਰ ਦਿੱਤਾ ਜਾਵੇ ਚੰਗੀ ਤਰ੍ਹਾਂ ਤੇ ਸਭ ਕੁਝ ਸਹੀ ਹੈ ਹੈਨਾ ਹਾਂਜੀ अच्छा रात नु ਸੌਣ ਲੱਗੇ ਡਰ ਲੱਗਦਾ ਕਈ ਦੀ ਵੀ ਕਿ ਹਾਂਜੀ ਡਰ ਲੱਗਦਾ ਵਾ ਮੈਂ ਤਾਂ ਸਭ ਜਿਹੜਾ ਮੀ ਵੀ ਪੈਂਦਾ ਵਾ ਮਿੱਟੀ ਡੇਕਦੀ ਉਥੋਂ ਤੇ ਡਰੀਦਾ ਵੀ ਛੱਤ ਨਾ ਕਿਤੇ ਉੱਤੇ ਆ ਜੇ ਸਾਡੇ ਫੇਰ ਵੀ ਪ੍ਰਮਾਤਮਾ ਰੱਖਣ ਵਾਲਾ ਰੱਖ ਜਾਂਦਾ ਬਿਲਕੁਲ ਅੱਛਾ ਪੱਖਾ ਬੁੱਖਾ ਕੋਈ ਨਹੀਂ ਹੈ ਅਰੇਂਜਮੈਂਟ ਫੇਰ ਆਪਾਂ ਜਿਹੜਾ ਟੇਬਲ ਫੈਨ ਜਿਹੜਾ ਉਹੀ ਲਗਾ ਕੇ ਸੀ ਫਰਾਟਾ ਹੀ ਲਗਾਇਆ ਕੇ ਗੁਜ਼ਾਰਾ ਕਰੀਦਾ ਹਾਂ ਉਹੀ ਲਗਾ ਕੇ ਜੀ ਹਾਂਜੀ ਤੇ ਕਿੰਨੇ ਵਜੇ ਭਾਜੀ ਹੁਣੇ ਘਰ ਆ ਜਾਂਦੇ ਆ ਜਦੋਂ ਰਿਕਸ਼ਾ ਚਲਾ ਕੇ ਉਹ ਵਿਚਾਰੇ ਆਉਂਦੇ ਕਈ ਵਾਰ 3:00 ਵਜ ਜਾਂਦੇ ਆ ਕਈ ਵਾਰ 4:00 ਵੀ ਵਜ ਜਾਂਦੇ ਆ ਹਾਂਜੀ ਆ ਬੱਚੀ ਪੜਦੀ ਹਾਂਜੀ ਇਹ ਤੀਸਰੀ ਕਲਾਸ ਚ ਹੈ ਤੀਸਰੀ ਚ ਪੜਦੀ ਹਾਂਜੀ ਤਾਂ ਬਿਲਕੁਲ ਇਹ ਬੱਚੀ ਤੀਸਰੀ ਚ ਪੜਦੀ ਆ ਉਮੀਦ ਇੱਕੀ ਲਗਾ ਕੇ ਬੈਠੇ ਨੇ ਕਿ ਸ਼ਾਇਦ ਕੋਈ ਹੱਥ ਸਾਡੇ ਵੱਲ ਵਧੇ ਕੋਈ ਹੱਥ ਇਹ ਆ ਕੇ ਕਵੇ ਕਿ ਮੈਂ ਤੁਹਾਡਾ ਹੱਥ ਫੜਨ ਨੂੰ ਤਿਆਰ ਆਂ ਦੱਸੋ ਚਾਹੀਦਾ ਕੀ ਕੀ ਆ ਪਰ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਦੀਵਾਲੀ ਦਾ ਤਿਹਾਰ ਹੈ ਦੀਹਾੜ ਦੀਵਾਲੀ ਦੇ ਤਿਉਹਾਰ ਦੇ ਨੂੰ ਵੱਖ-ਵੱਖ ਤਰੀਕੇ ਦੇ ਨਾਲ ਸਜਾਵਟਾ ਕਰਦੇ ਨੇ ਲੋਕ ਆਪਣੇ ਆਪਣੇ ਘਰਾਂ ਦੀਆਂ ਕੋਈ ਲੜੀਆਂ ਲਗਾਉਂਦਾ ਕੋਈ ਦੀਪ ਮਾਲਾ ਕਰਦਾ ਕੋਈ ਆਤੀਸ਼ਬਾਜੀ ਕਰਦਾ ਕੋਈ ਕਲੀਆਂ ਪੇਂਟ ਕਰਉਂਦਾ ਪਰ ਇੱਥੇ ਕੀ ਹੋਏਗਾ ਦੇਖੋ ਵੇਖੋ ਇਹ ਤਸਵੀਰ ਦੇਖ ਕੇ ਦੱਸੋ ਕਿ ਇੱਥੇ ਕੀ ਕਰਾ ਸਕਦਾ ਕੋਈ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿੰਦਾ ਪਿਆ ਅਸੀਂ ਉਮੀਦ ਕਰਦੇ ਹਾਂ ਜਿਹੜੇ ਸਾਡੇ ਦਰਸ਼ਕ ਦੇਤੇ ਵੇ ਉਮੀਦ ਕਰਦੇ ਹਾਂ ਕਿ ਸ਼ਾਇਦ ਇਹ ਉਮੀਦ ਤੇ ਸ਼ਾਇਦ ਅਸੀਂ ਖਰੇ ਉਤਰ ਜਾਈਏ ਕਿ ਸਾਡੇ ਦਰਸ਼ਕਾਂ ਦੇ ਵਿੱਚੋਂ ਹੀ ਕੋਈ ਇਹਨਾਂ ਦੇ ਵਾਸਤੇ ਆਗਾ ਆ ਕੇ ਕਿਤਨਾ ਕਿਤੇ ਇਹਨਾਂ ਦੀ ਹੈਲਪ ਕਰੇ ਜਿਸ ਤਰੀਕੇ ਦੇ ਇਹਨਾਂ ਦੇ ਹਾਲਾਤ ਬਣੇ ਹੋਏ ਨੇ ਦੇਖਦੇ ਆ ਕਿ ਹੁਣ ਅਗਾਹ ਕੋਣ ਵਧਾ ਹਾਲਾਤ ਦਿਖਾਣਾ ਜਿਹੜਾ ਸਾਡਾ ਕੰਮ ਹੈ ਉਹ ਅਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਜਰੂਰ ਕੀਤੀ ਆ ਬੜੇ ਸਮਾਜ ਸੇਵੀ ਵੀ ਨੇ ਜਿਹੜੇ ਥੋੜੀ ਜਿੰਨੀ ਹੈਲਪ ਕਰਦੇ ਇੰਨੀ ਜਿੰਨੀ ਹਲਕੀ ਜੀ ਹੈਲਪ ਕਰਦੇ ਆ ਤਾਂ ਪਤਾ ਨਹੀਂ ਖਬਰਾਂ ਵਿੱਚ ਖਬਰਾਂ ਲਵਾ ਲੈਂਦੇ ਚੈਨਲਾਂ 'ਤੇ ਖਬਰਾਂ ਲਵਾ ਲੈਂਦੇ ਨੇ ਜਾਂ ਫਿਰ ਸੋਸ਼ਲ ਮੀਡੀਆ ਭਰ ਦਿੰਦੇ ਨੇ ਕਿ ਅਸੀਂ ਹੈਲਪ ਕੀਤੀ ਕਿਸੇ ਦੀ ਪਰ ਜਿਹਦੀ ਹੈਲਪ ਕਰਨ ਵਾਲੀ ਆ ਜੇਕਰ ਤੁਸੀਂ ਉਹਦੇ ਵਾਸਤੇ ਅਗਾਹ ਵਧੋਗੇ ਤਾਂ ਸ਼ਾਇਦ ਦੀ ਪਾਵਲੀ ਵਾਲੇ ਤਿਉਹਾਰ ਨੂੰ ਮਹਾ ਲక్ష్ਮੀ ਜਿਹੜੀ ਤੁਹਾਡੇ ਘਰ ਵੀ ਕਿਤੇ ਨਾ ਕਿਤੇ ਚਰਨ ਪਾਏਗੀ ਨਾਲ ਇਹਨਾਂ ਦੇ ਕਾਰਜੇ ਕਰਤੇ ਸੀ ਮਹਾ ਲక్ష్ਮੀ ਦੇ ਚਰਨ ਪਵਾਉਗੇ ਤਾਂ ਦੇਖਦੇ ਹਾਂ ਕਿ ਹੁਣ ਕਿਹੜਾ ਆਗਾਹ ਵਾਦ ਦਾ ਇਸ ਪਰਿਵਾਰ ਵਾਸਤੇ ਕੈਮਰਾਮੈਨ ਸੰਦੀਪ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ